ਭਰੇ ਬਾਜ਼ਾਰ ਦੇ ਵਿੱਚ ਉਦੋਂ ਹੰਗਾਮਾ ਮੱਚ ਗਿਆ ਜਦੋਂ ਨਿਹੰਗ ਬਾਣੇ ਚਾਹੇ ਕੁਝ ਵਿਅਕਤੀਆਂ ਦੇ ਵੱਲੋਂ ਇੱਕ ਸ਼ਰਾਬ ਦੇ ਠੇਕੇ ਤੇ ਹਮਲਾ ਕਰ ਦਿੱਤਾ ਜਾਂਦਾ ਹੈ। ਹੱਥਾਂ ਦੇ ਵਿੱਚ ਕਿਰਪਾਨਾਂ ਤੇ ਤੇਜ਼ ਧਾਰ ਹਥਿਆਰ ਫੜੇ ਹੋਏ ਇਹ ਨਿਹੰਗ ਬਾਣੇ ਚਾਹੇ ਵਿਅਕਤੀ ਠੇਕੇ ਦੇ ਅੰਦਰ ਵੜਦੇ ਨੇ, ਪਹਿਲਾਂ ਤਾਂ ਬੁਰੀ ਤਰ੍ਹਾਂ ਭੰਨ ਤੋੜ ਕਰਦੇ ਨੇ ਤੇ ਫਿਰ ਇੱਥੇ ਕਿਹਾ ਜਾ ਰਿਹਾ ਹੈ ਕਿ ਕਰਿੰਦਿਆਂ ਦੀ ਕੁੱਟਮਾਰ ਵੀ ਕੀਤੀ ਗਈ ਹੈ। ਇਸ ਮਾਮਲੇ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਦੇ ਵਿੱਚ ਕੁਝ ਨਿਹੰਗ ਬਾਣੇ ਚਾਹੇ ਵਿਅਕਤੀ ਨਜ਼ਰ ਆ ਰਹੇ ਨੇ ਜਿਨ੍ਹਾਂ ਦੇ ਹੱਥਾਂ 'ਚ ਕਿਰਪਾਨਾਂ ਨੇ, ਹਥਿਆਰ ਨੇ ਤੇ ਉਹ ਇਸ ਠੇਕੇ ਦੇ ਅੰਦਰ ਵੜ ਜਾਂਦੇ ਨੇ, ਠੇਕੇ ਦੇ ਅੰਦਰ ਵੜ ਕੇ ਭੰਨ ਤੋੜ ਕਰਦੇ ਨੇ। ਇੱਥੇ ਠੇਕੇ ਦੇ ਮਾਲਕ ਦਾ ਕਹਿਣਾ ਹੈ ਕਿ 15 ਤੋਂ 20 ਇਹ ਲੋਕ ਸਨ ਜੋ ਨਿਹੰਗ ਬਾਣੇ ਚਾਹੇ ਸਨ ਵਿਅਕਤੀ ਜਿਨ੍ਹਾਂ ਨੇ ਭੰਨ ਤੋੜ ਕੀਤੀ ਹੈ, ਕੁੱਟਮਾਰ ਵੀ ਕੀਤੀ ਹੈ ਉਸਦੇ ਕਰਿੰਦਿਆਂ ਦੀ ਤੇ ਨਾਲ ਹੀ ਗੱਲੇ 'ਚ ਪਏ ਸਾਰੇ ਪੈਸੇ ਵੀ ਲੈ ਗਏ ਨੇ ਤੇ ਕੋਲਡ ਡਰਿੰਕ ਵੀ ਚੁੱਕ ਕੇ ਲੈ ਗਏ ਨੇ। ਸੋਨਾ ਦੇ ਵੱਲੋਂ ਇਹ ਇਲਜ਼ਾਮ ਲਗਾਏ ਜਾ ਰਹੇ ਨੇ ਕਿ ਨਿਹੰਗ ਬਾਣੇ ਚਾਹੇ ਇਹਨਾਂ ਵਿਅਕਤੀਆਂ ਦੇ ਵੱਲੋਂ ਠੇਕੇ ਤੇ ਲੁੱਟ ਕੀਤੀ ਗਈ ਹੈ, ਭੰਨ ਤੋੜ ਤਾਂ ਕੀਤੀ ਗਈ ਹੈ ਪਰ ਸਮਾਨ ਵੀ ਚੁੱਕ ਕੇ ਲੈ ਗਏ ਨੇ ਤੇ ਪੈਸੇ ਵੀ ਲੈ ਗਏ ਨੇ, ਜਿਸ ਲਈ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਕੀਤੀ ਹੈ ਤੇ ਪੁਲਿਸ ਵੀ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਕਾਰਵਾਈ ਦੀ ਗੱਲ ਆਖ ਰਹੀ ਹੈ। ਦੱਸ ਦਈਏ ਕਿ ਮਾਮਲਾ ਅੰਮ੍ਰਿਤਸਰ ਦੇ ਘਿਓ ਮੰਡੀ ਚੌਂਕ ਤੋਂ ਸਾਹਮਣੇ ਆਇਆ ਜਿੱਥੇ ਸ਼ਰਾਬ ਦਾ ਠੇਕਾ ਸੀ। ਹਾਲਾਂਕਿ ਠੇਕੇ ਦੇ ਮਾਲਕ ਦਾ ਕਹਿਣਾ ਹੈ ਕਿ ਉਹਦਾ ਲਾਇਸੈਂਸੀ ਠੇਕਾ ਆ, ਫਿਰ ਵੀ ਉਸਦੇ ਅੰਦਰ ਆ ਕੇ ਹਮਲਾ ਕਰਨਾ, ਤੋੜ ਫੋੜ ਕਰਨਾ ਇਹ ਗਲਤ ਹੈ ਜਿਸ ਦੇ ਲਈ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੇਰਾ ਨਾਮ ਹੈ ਜੀ ਅਮਨ ਵੋਰਾ, ਮੈਂ ਟਰਾਂਸਪੋਰਟ ਦਾ ਮਾਲਕ ਹਾਂ। ਵੋਰਾ ਟਰਾਂਸਪੋਰਟ ਮੇਰੀ ਘਿਓ ਮੰਡੀ ਚੌਂਕ 'ਚ ਬਾਲਮੀਕੀ ਮੰਦਰ ਮਾਰਕੀਟ ਦਾ ਮੈਂ ਕਿਰਾਏਦਾਰ ਹਾਂ, ਠੀਕ ਹੈ ਜੀ। ਮੈਂ ਅੱਜ ਸ਼ਹੀਦਾਂ ਸਾਹਿਬ ਤੋਂ ਮੱਥਾ ਟੇਕਣ ਦੇ ਕੇ ਆਇਆ ਹੀ ਹਾਂ, ਜਸਟ ਆ ਕੇ ਮੈਂ ਆਪਣੀ ਦੁਕਾਨ 'ਤੇ ਚੜ੍ਹਨ ਲੱਗਾ ਵਾਂ, ਠੀਕ ਹੈ ਜੀ। ਅਤੇ ਨਾਲ ਹੀ ਕੁਝ ਨਿਹੰਗ ਸਿੰਘ ਜਥੇਬੰਦੀਆਂ 10 ਤੋਂ 15 ਬੰਦੇ ਆਏ ਨੇ, ਜਿਨ੍ਹਾਂ ਵਿੱਚ 3-4 ਬੰਦੇ ਬੱਚੇ ਛੋਟੇ ਛੋਟੇ ਆ, ਕੋਈ 15 ਸਾਲ ਦਾ, ਕੋਈ 16 ਸਾਲ ਦਾ, ਬਾਕੀ ਵੱਡੇ ਸੀਗੇ। ਅਤੇ ਐਂ ਲੱਗਦਾ ਪਿਆ ਸੀ ਕਿ ਜਿਤਨਾ ਉਹਨਾਂ ਨੇ ਮਤਲਬ ਕਿ ਕੋਈ ਅਟੈਕ ਐਸਾ ਕਰਨ ਆਏ ਆ ਕਿ ਜਿੱਥੋਂ ਪਿੱਛੋਂ ਕਿਸੇ ਨੇ ਫੋਰਸ ਕੀਤਾ ਹੋਵੇ ਕਿ ਜਾਓ ਇਹਨਾਂ ਨੂੰ ਹਿੰਦੂਆਂ ਨੂੰ ਵੱਢ ਦਿਉ, ਠੀਕ ਹੈ ਜੀ। ਮਤਲਬ ਕਿ ਸਾਡੇ ਕੋਲ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਵੀ ਆ ਗਈਆਂ ਨੇ, ਸਾਰੇ ਦੁਕਾਨਦਾਰਾਂ ਨੇ ਭੱਜ ਕੇ ਜਾਨ ਬਚਾਈ ਆ, ਠੀਕ ਹੈ ਜੀ। ਇਹ ਜਿਤਨਾ ਹੁੰਦਾ ਕਿ ਜਿਤਨਾ ਕਿਸੇ ਨੂੰ ਟਾਰਗੇਟ ਕੀਤਾ ਹੁੰਦਾ ਨਾ ਪਿੱਛੋਂ, ਉਹ ਸਿਸਟਮ ਦੇ ਹਿਸਾਬ ਨਾਲ ਸਾਰੀ ਫੋਰਸ ਆਈ ਆ ਅਤੇ ਪੂਰਾ ਲਲਕਾਰ ਕੇ ਗਏ ਆ ਕਿ ਆਪਣੀਆਂ ਦੁਕਾਨਾਂ ਬੰਦ ਕਰ ਦਿਉ ਨਹੀਂ ਤੁਹਾਨੂੰ ਵੱਢ ਦਾਂਗੇ। ਕਿੰਨੀਆਂ ਕੁ ਦੁਕਾਨਾਂ 'ਤੇ ਹਮਲਾ ਕੀਤਾ ਜੀ ਉਹਨਾਂ ਵੱਲੋਂ? ਭਾਅ ਜੀ ਵੇਖੋ ਜੀ, ਜਿੱਥੋਂ ਤੱਕ ਅਸੂਲ ਦੀ ਗੱਲ ਮੈਂ ਕਰਾਂ, ਸਹੀ ਸਪਸ਼ਟ ਸਿੱਧੇ ਗੱਲਾਂ ਦੇ ਹਿਸਾਬ ਨਾਲ ਕਿ ਇੱਥੇ ਸਿੱਖਾਂ ਦੀ, ਸਿੱਖ ਭਾਈਚਾਰੇ ਦੀ ਵੀ ਦੁਕਾਨਾਂ ਨੇ 2-4, ਸਿੱਖਾਂ ਨੂੰ ਕੋਈ ਇਹਨਾਂ ਨੇ ਕੁਛ ਨਹੀਂ ਆਖਿਆ, ਸਿਰਫ ਹਿੰਦੂਆਂ ਨੂੰ ਹੀ ਟਾਰਗੇਟ ਕਰਨ ਆਏ ਨੇ, ਠੀਕ ਹੈ ਜੀ। ਸਾਡੇ ਹਿੰਦੂ ਪਰਿਵਾਰਾਂ ਨੂੰ ਪਏ ਨੇ, ਠੀਕ ਹੈ। ਸਾਡੇ ਨਾਲ ਮਲਿਕ ਹੇਅਰ ਸਲੂਨ ਵਾਲੇ ਨੇ, ਠੀਕ ਹੈ ਜੀ, ਮੰਦਰ ਦੇ ਕਿਰਾਏਦਾਰ ਨੇ। ਕਿਹੜੀਆਂ ਦੁਕਾਨਾਂ ਜਿਹੜੀ ਇਹਨਾਂ ਨੇ ਤੋੜ ਭੰਨ ਕੀਤੀ? ਇਹ ਦੇਖੋ ਜੀ, ਪਿੱਛੇ ਯਾਦਵ ਪਾਣ ਵਾਲਾ ਮੁੰਡਾ ਵਾ, ਉਹਨੂੰ ਇੱਥੋਂ ਤੱਕ ਕਿ ਉਹਦੀਆਂ ਚੱਪਲਾਂ ਚੁੱਕ ਕੇ ਲੈ ਗਏ ਨੇ, ਮਤਲਬ ਕਿ ਇਹਨਾਂ ਨੂੰ ਚੱਪਲਾਂ ਵੀ ਘੱਟ ਪੈ ਗਈਆਂ। ਚੱਪਲਾਂ ਤੁਹਾਨੂੰ ਚਾਹੀਦੀਆਂ, ਸਾਡੇ ਕੋਲ ਹੋਰ 2-4 ਲੈ ਜਾਓ, ਠੀਕ ਹੈ ਜੀ। ਚੱਪਲਾਂ ਵਿਚਾਰੇ ਗਰੀਬ ਆਦਮੀ ਨੇ ਚੁੱਕੇ ਲੈ ਗਏ ਨੇ। ਇੱਕ ਪਾਣ ਵਾਲੀ ਦੁਕਾਨ ਆ ਜੀ? ਹਾਂਜੀ, ਇੱਕ ਆਹ ਖੋਖਾ ਪਾਣ ਵਾਲਾ, ਉਹਨੂੰ ਵੀ ਕੀਤਾ ਜੀ। ਸਾਹਮਣੇ ਸੋਢੀ ਕੋਲਡ ਡਰਿੰਕ ਆ, ਜ਼ਬਰਦਸਤੀ 5-7 ਬੋਤਲਾਂ ਉਹਨੇ ਹਾਰ ਗਿਆ, ਕਿਹਾ ਕਿ ਇਹ ਗਰਮ ਹੈਗੀਆਂ ਜੀ, ਠੰਡੀਆਂ ਲੈ ਲਾ, ਉਹਦੀ ਗੱਲ ਆ। ਉਹਨੂੰ ਧੱਕਾ ਮਾਰ ਕੇ ਕੋਲਡ ਡਰਿੰਕਾਂ ਉਹਦੇ ਫ੍ਰਿਜ 'ਚੋਂ ਕੱਢ ਕੇ ਲੈ ਗਏ ਨੇ, ਠੀਕ ਹੈ ਜੀ। ਫਿਰ ਇਹਨਾਂ ਦਾ ਵੇਖੋ, ਇਹਨਾਂ ਦੇ ਬੰਦੇ ਨੂੰ ਸੱਟ ਮਾਰ ਕੇ ਗਏ ਨੇ ਚੰਗੀ, ਇਹਨਾਂ ਦੇ ਕਸਟਮਰ ਨੂੰ ਕਹਿ ਕੇ ਗਏ ਨੇ ਤੂੰ ਕੇਸ ਰੱਖਣੇ ਸ਼ੁਰੂ ਕਰ ਦੇ। ਉਹ ਹਿੰਦੂ ਪਰਿਵਾਰ 'ਚੋਂ ਬਿਲੋਂਗ ਕਰਦਾ, ਉਹ ਕੇਸ ਕਿੱਥੋਂ ਰੱਖ ਲੂਗਾ ਜੀ, ਠੀਕ ਹੈ ਜੀ। ਫਿਰ ਉਹਨੂੰ ਡਾਂਗਾ ਮਾਰੀਆਂ ਜੀ, ਫਿਰ ਇਹਨਾਂ ਦੇ ਮੁੰਡੇ ਨੂੰ ਚੰਗੀ ਸੱਟ ਮਾਰੀ ਆ। ਇਹ ਵੇਖੋ, ਠੀਕ ਹੈ ਜੀ, ਪੂਰੀ ਮੈਂ ਕਹਿੰਦਾ ਭਾਅ ਜੀ, ਮੈਂ ਜਿੰਨੀ ਕੋ ਨਹੀਂ ਘਟਿਆ, ਮੰਗ ਇਹ ਕਰਦੇ ਇਹਨਾਂ ਦੇ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਅਗਰ ਸਵੇਰ ਤੱਕ ਕਹਿੰਦਾ ਰਿਅਰੈਸਟ ਨਹੀਂ ਪਈ ਤਾਂ ਘਿਓ ਮੰਡੀ ਚੌਂਕ ਕੱਲ੍ਹ ਬੰਦ ਕੀਤਾ ਜਾਊਗਾ, ਧਰਨਾ ਦਿੱਤਾ ਜਾਊਗਾ। ਪੁਲਿਸ ਰਿਪੋਰਟ ਕੀਤੀ ਗਈ ਹੈ ਜੀ? ਪੁਲਿਸ ਵਾਲੇ SHO ਸਾਹਿਬ ਆਏ ਸੀ, ਡਿਪਟੀ ਸਾਹਿਬ ਵੀ ਚੱਕਰ ਮਾਰ ਗਏ ਨੇ। 112 ਦੇ ਕੰਪਲੇਂਟ ਕਰਨ ਤੋਂ ਬਾਅਦ ਪੁਲਿਸ ਮੌਕੇ 'ਤੇ ਪਹੁੰਚੀ ਆ। ਚਲੋ 5-10 ਮਿੰਟ ਲੇਟ ਪੁਲਿਸ ਵੀ ਹੋ ਗਈ ਆ, ਪਰ ਉਹਨਾਂ ਨੇ ਅਫਸਾਸ਼ਨ ਦਵਾਇਆ ਕਿ ਅਸੀਂ ਉਹਨਾਂ ਦੀ FIR ਦਰਜ ਕਰਕੇ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ। 10 ਵਜੇ ਤੱਕ ਸਖ਼ਤ ਤੋਂ ਸਖ਼ਤ ਕਾਰਵਾਈ ਨਹੀਂ ਹੋਈ ਤਾਂ ਕੱਲ੍ਹ ਘਿਓ ਮੰਡੀ ਚੌਂਕ ਜਾਮ, ਚੱਕਾ ਜਾਮ ਕੀਤਾ ਜਾਊਗਾ ਜੀ।
ਭਾਈ ਮੇਰਾ ਨਾਮ ਅਮਿਤ ਕੁਮਾਰ ਘਿਓ ਮੰਡੀ ਚੌਂਕ ਦੁਕਾਨ ਮੇਰੀ ਜੋ ਕਿ ਲਾਇਸੈਂਸੀ ਸਿਰਫ ਸ਼ਰਾਬ ਪੀਂਦਾ ਹੱਥਾਂ ਵਾ ਲਾਇਸੈਂਸ ਲਿਆ ਆਪਾਂ ਸ਼ਰਾਬ ਪਿਆਉਣ ਦਾ ਅਤੇ ਭਾਅ ਜੀ 15-20 ਨਿਹੰਗ ਆਏ ਆ ਇਹਨਾਂ ਨੇ ਸਾਨੂੰ ਆ ਕੇ ਪਹਿਲਾਂ ਡਾਂਗਾ ਮਾਰਨੀਆਂ ਕਿਰਪਾਨਾਂ ਮਾਰਨੀ ਸ਼ੁਰੂ ਕੀਤੀਆਂ ਅਸੀਂ ਡਰ ਕੇ ਭੱਜ ਗਏ ਆ ਸਾਡਾ ਦੁਕਾਨ 'ਤੇ ਗੱਲੇ 'ਚ ਪੈਸੇ ਪਏ ਸੀ ਉਹ ਸਾਰੇ ਪੈਸੇ ਵੀ ਚੁੱਕ ਕੇ ਲੈ ਗਏ ਆ ਅਤੇ ਸਾਨੂੰ ਬੰਦਿਆਂ ਨੂੰ ਵੀ ਮਾਰਿਆ ਵਾ ਬੰਦੇ ਭੱਜ ਗਏ ਸਭ ਕੁਝ 15-16 ਨਿਹੰਗ ਜਿੰਨਾ ਕੁਛ ਸ਼ਸਤਰ ਸਾਰੇ ਇਹਨਾਂ ਕੋਲ ਜਿਹੜੇ ਹੁੰਦੇ ਸਾਰੇ ਨਾਲ ਹੀ ਸੀਸੀਟੀਵੀ ਵਗੈਰਾ ਸਾਹਮਣੇ ਆਈ ਹੋਈ ਹੈ ਸੀਸੀਟੀਵੀ ਪਿੱਛੇ ਕੈਮਰੇ 'ਚ ਲੱਗੇ ਸਭ ਕੁਝ ਆਇਆ ਵਾ ਤੁਹਾਡੀ ਦੁਕਾਨ 'ਤੇ ਸਾਡੀ ਦੁਕਾਨ 'ਤੇ ਕੈਮਰੇ ਪੈਸੇ ਰੁੱਟ ਕੇ ਲੈ ਕੇ ਪੈਸੇ ਉਹ ਭਾਈ ਗੱਲਾਂ ਬਾਹਰ ਪਿਆ ਗੱਲਾਂ ਸਮੇਤ ਹੀ ਲੈ ਗਏ ਆ ਇਸ ਬਾਰੇ ਪੁਲਿਸ ਨੂੰ ਕੰਪਲੇਂਟ ਕਰ ਕੰਪਲੇਂਟ ਦਰਖਾਸਤ ਦੇ ਦਿੱਤੀ ਕੀ ਮੰਗ ਕੀ ਕਰਦੇ ਹੋ ਜੀ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਜਿਹੜਾ ਸਰ ਥੋੜ੍ਹਾ ਜਿਹਾ ਦੱਸ ਦਿਓ ਕੀ ਹੈ ਜਿਹੜਾ ਮਾਮਲਾ ਜਿਹੜਾ ਨਿਹੰਗ ਸਿੰਘਾਂ ਨੇ ਆ ਕੇ ਦੁਕਾਨਾਂ ਦੁਕਾਨਾਂ ਭਰੀਆਂ ਕੀ ਸਰ ਹਾਂਜੀ ਸਰ ਜਿਹੜੇ ਨਿਹੰਗ ਸਿੰਘਾਂ ਨੇ ਆ ਕੇ ਦੁਕਾਨਾਂ 'ਤੇ ਭੰਨੀਆਂ ਮਾਮਲਾ ਸਾਰਾ ਦੱਸ ਇਹ ਹੁਣ ਇਤਲਾਹ ਮਿਲੀ ਸੀ ਇੱਥੇ ਘਿਓ ਮੰਡੀ ਚੌਂਕ 'ਚ ਆਏ ਆ ਕੋਈ ਨਿਗਟਾ ਹੀ ਬੰਦੇ ਸੀਗੇ ਉਹਨਾਂ ਨੇ ਆ ਕੇ ਇੱਥੇ ਖੜਬੱਸੀ ਕੀਤੀ ਹੈ ਕੋਈ ਤੋੜ ਭੰਨ ਕਰਨ ਦੀ ਕੋਸ਼ਿਸ਼ ਕੀਤੀ ਹੈ ਅਤੇ ਹੁਣ ਇੱਥੇ ਆ ਗਏ ਬਾਕੀ ਇਹਨਾਂ ਦੇ ਬਿਆਨ ਕਲਮਬੱਧ ਕੀਤੇ ਜਾ ਰਹੇ ਆ ਬਿਆਨ ਲਿਖ ਕੇ ਜਿਹੜੀ ਗੱਲ ਉਹ ਵੀ ਦੇਖਦੇ ਹਾਂ ਜੀ ਉਹ ਵੀ ਦੇਖਦੇ ਹਾਂ ਸਾਰਾ ਹਾਂਜੀ ਸਖ਼ਤ ਤੋਂ ਸਖ਼ਤ ਕਾਰਵਾਈ ਕਰਾਂਗੇ ਸਖ਼ਤ ਤੋਂ ਸਖ਼ਤ ਮੁਕੱਦਮੇ ਦਰਜ ਕੀਤੇ ਜਾ ਰਹੇ ਆ